ਲਓ ਜੀ ਅੱਜ ਭਗਵੰਤ ਮਾਨ ਨੇ ਨਵਾਂ ਪਟਾਕਾ ਪਾ ਦਿੱਤਾ ਹੈ ਮਜੀਠੀਆ ਦੇ ਘੋੜਿਆਂ ਬਾਰੇ ਵੱਡਾ ਖਲਾਸਾ ਕਰ ਦਿੱਤਾ ਹੈ ਤੁਹਾਨੂੰ ਪਤਾ ਹੈ ਕਿ ਅੱਜ ਤੋਂ 5-6 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਨੂੰ 5 ਦਿਨ ਦਾ ਟਾਈਮ ਦਿੱਤਾ ਸੀ ਅਲਟੀਮੇਟਮ ਦਿੱਤਾ ਸੀ ਔਰ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੱਤੀ ਸੀ ਉਹ ਜਾਂ ਤਾਂ ਭਾਈ ਤੂੰ ਘੋੜਿਆਂ ਬਾਰੇ ਆਪ ਦੱਸ ਦੇ 5 ਦਿਨ ਚ ਤੇ ਜਾਂ ਫਿਰ ਮੈਂ ਖਲਾਸਾ ਕਰੂੰਗਾ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਹੋਰਾਂ ਦੇ ਘੋੜਿਆਂ ਦੇ ਜਿਹੜੇ ਕਥਤ ਦੋਸ਼ ਲਾਏ ਸੀ ਉਹਨਾਂ ਦੇ ਵਿੱਚ ਇੱਕ ਖੁਲਾਸਾ ਕੀਤਾ ਹੈ ਅੱਜ ਭਗਵੰਤ ਮਾਨ ਨੇ ਇਹ ਦੱਸਿਆ ਕਿ ਉਹ ਘੋੜੇ ਮਜੀਠੀਆ ਹੋਰਾਂ ਨੇ ਕਿੱਥੇ ਰੱਖੇ ਹੋਇਆ ਕਿਹੜੀ ਜਗ੍ਹਾ ਰੱਖੇ ਹੋਇਆ ਤੇ ਕਿਵੇਂ ਰੱਖੇ ਹੋਇਆ ਹੁਣ ਮੈਂ ਤੁਹਾਨੂੰ ਯਾਦ ਕਰਾ ਦਿਆਂ ਭਾਈ ਅੱਜ ਤੋਂ 5-6 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਹੁਤ ਵੱਡਾ ਕਥਤ ਦੋਸ਼ ਲਾਇਆ ਸੀ ਉਹਨਾਂ ਨੇ ਆਖਿਆ ਸੀ ਕਿ ਜਦੋਂ ਨਹਿਰੂ ਪ੍ਰਧਾਨ ਮੰਤਰੀ ਹੁੰਦੇ ਸੀ ਤਾਂ ਉਸ ਵਕਤ ਮਜੀਠੀਆ ਪਰਿਵਾਰ ਦਾ ਸੁਰਜੀਤ ਸਿੰਘ ਮਜੀਠੀਆ ਜਿਹੜਾ ਦਾਦਾ ਪੜਦਾਦਾ ਲੱਗਦਾ ਵਿਕਰਮ ਮਜੀਠੀਆ ਦਾ ਉਹ ਉਹਨਾਂ ਦੇ ਵੇਲੇ ਮੰਤਰੀ ਸੀ ਕੇਂਦਰ ਸਰਕਾਰ ਚ ਔਰ ਇੱਕ ਵਾਰੀ ਨਹਿਰੂ ਸਰਕਾਰ ਦੇ ਮੰਤਰੀਆਂ ਦਾ ਇੱਕ ਮੰਡਲ ਇੱਕ ਵਫਦ ਅਰਬ ਦੇਸ਼ਾਂ ਦੇ ਵਿੱਚ ਗਿਆ ਔਰ ਭਗਵੰਤ ਮਾਨ ਨੇ ਦੋਸ਼ ਲਾਇਆ ਸੀ ਵੀ ਉਥੋਂ ਦੇ ਰਾਜੇ ਨੇ ਪੂਰੇ ਭਾਰਤ ਦੇਸ਼ ਨੂੰ ਕੁਝ ਬੜੇ ਵੱਖਰੀ ਨਸਲ ਦੇ ਘੋੜੇ ਦਿੱਤੇ ਸੀ ਦਿੱਤੇ ਪੂਰੇ ਦੇਸ਼ ਨੂੰ ਸੀ ਤੇ ਪਰ ਭਗਵੰਤਮਾਨ ਨੇ ਕਿਹਾ ਸੀ ਉਹ ਰੱਖ ਕੱਲੇ ਜਿਹੜੇ ਮਜੀਠੀਆਂ ਨੇ ਉਹਨਾਂ ਨੇ ਲਏ ਸੀਗੇ ਔਰ ਭਗਵੰਤਮਾਨ ਨੇ ਕਿਹਾ ਸੀ ਅਜੇ ਤੱਕ ਉਹ ਘੋੜੇ ਇਹਨਾਂ ਨੇ ਦੇਸ਼ ਨੂੰ ਵਾਪਸ ਨਹੀਂ ਕੀਤੇ ਅਜੇ ਵੀ ਉਹ ਹੈਗੇ ਨੇ ਤੇ ਕਿੱਥੇ ਰੱਖੇ ਹੋਏ ਨੇ ਵਿਕਰਮ ਭਗਵੰਤਮਾਨ ਨੇ ਕਿਹਾ ਸੀ ਯਾ ਤਾਂ ਬਿਕਰਮ ਮਜੀਠੀਆ 5 ਦਿਨ ਚ ਦੱਸ ਦੇਵੇ ਆਪ ਤੇ ਜਾਂ ਮੈਨੂੰ ਪਤਾ ਹੈ ਮੈਂ ਫਿਰ ਦੱਸੂਗਾ ਤੇ ਭਗਵੰਤ ਮਾਨ ਨੇ ਇੱਕ ਹੋਰ ਵੀ ਗੱਲ ਉਸ ਦਿਨ ਕਹੀ ਸੀ ਵੀ ਭਾਈ ਇਹ ਜਿਹੜੇ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਨੇ ਸਾਲਾ ਪੜਵਾਇਆ ਨੇ ਪਰ ਇਹ ਕਦੇ ਵੀ ਇਕੱਠੀ ਪ੍ਰੈਸ ਕਾਨਫਰੰਸ ਇਸ ਲਈ ਨਹੀਂ ਕਰਦੇ ਕਿਉਂਕਿ ਇਹਨਾਂ ਚ ਤਣਾਤਣੀ ਬਹੁਤ ਹੈ ਔਰ ਨਾਲ ਇਹ ਵੀ ਕਿਹਾ ਸੀ ਵੀ ਬਿਕਰਮ ਮਜੀਠੀਆ ਤੇ ਜਿਹੜੀ ਹਰ ਸਿਮਰਤ ਬਾਦਲ ਐ ਸੁਖਬੀਰ ਬਾਦਲ ਦੀ ਪਤਨੀ ਵਿਕਰਮ ਮਜੀਠੀਆ ਤੇ ਹਰ ਸਿਮਰਤ ਬਾਦਲ ਇਹ ਦੋਨੋਂ ਇੱਕ ਪਾਸੇ ਨੇ ਤੇ ਸੁਖਬੀਰ ਬਾਦਲ ਕੱਲਾ ਇੱਕ ਪਾਸੇ ਐ ਪ੍ਰਧਾਨਗੀ ਦੇ ਮੁੱਦੇ ਤੇ ਔਰ ਉਸ ਤੋਂ ਬਾਅਦ ਫਿਰ ਵਿਕਰਮ ਮਜੀਠੀਆ ਸਾਹਮਣੇ ਆਇਆ ਸੀ ਮਜੀਠੀਆ ਨੇ ਇਹ ਗੱਲ ਤਾਂ ਕਹੀ ਸੀ ਵੀ ਦੇਖੋ ਹਾਂ ਸਾਡੇ ਜਿਹੜੇ ਪੁਰਖੇ ਸੀ ਉਹ ਕੇਂਦਰ ਸਰਕਾਰ ਦੇ ਵਿੱਚ ਵਜ਼ੀਰ ਰਹੇ ਨੇ ਨਹਿਰੂ ਦੇ ਵੇਲੇ ਬਾਅਦ ਚ ਉਹਨਾਂ ਨੂੰ ਨੇਪਾਲ ਦੇ ਜਿਹੜੇ ਐਮਬੈਸਡਰ ਬਣਾਤਾ ਸੀਗਾ ਪਰ ਘੋੜੇ ਕਿੱਧਰ ਗਏ ਇਹਦੇ ਤੇ ਮਜੀਠੀਆ ਨੇ ਉਸ ਦਿਨ ਕੋਈ ਗੱਲ ਨਹੀਂ ਦੱਸੀ ਉਹ ਗੱਲ ਉਸ ਦਿਨ ਗੋਲ ਕਰਕੇ ਸੀ ਇਹ ਕਹਿ ਕੇ ਵੀ ਮੈਂ ਭਗਵੰਤਮਾਨ ਦੀ ਹਿੱਕ ਤੇ ਘੋੜੇ ਚੜਾ ਦੂੰਗਾ ਐ ਕਰ ਦੂੰਗਾ ਮੈਂ ਮੁੱਛ ਰੱਖੀ ਹੋਈ ਆ ਪਰ ਘੋੜੇ ਜਿਹੜੇ ਭਗਵੰਤਮਾਨ ਨੇ ਪੁੱਛੇ ਸੀ ਉਹ ਉਸ ਦਿਨ ਮਜੀਠੀਆ ਸਾਹਿਬ ਨੇ ਨਹੀਂ ਸੀ ਦੱਸੇ ਬਲਕੇ ਜਿਵੇਂ ਭਗਵੰਤ ਮਾਨ ਮਜੀਠੀਆ ਦੇ ਘਰ ਤੱਕ ਉਹਦੇ ਉਹ ਉਹ ਉਹਦੇ ਜੀਜਾ ਸੁਖਬੀਰ ਬਾਦਲ ਤੱਕ ਤੇ ਉਹਦੀ ਭੈਣ ਹਰ ਸਿਮਰਤ ਤੱਕ ਬੋਲੇ ਸੀ ਉਸੇ ਹੀ ਤਰ੍ਹਾਂ ਮਜੀਠੀਆ ਵੀ ਫਿਰ ਭਗਵੰਤ ਮਾਨ ਦੇ ਘਰ ਤੱਕ ਪਹੁੰਚਿਆ ਤੇ ਮਜੀਠੀਆ ਨੇ ਵੀ ਕਹਿਤਾ ਸੀਗਾ ਵੀ ਭਗਵੰਤ ਮਾਨ ਆਪਣੀ ਧੀ ਸਿਰਤ ਦੇ ਨਾਲ ਮੀਟਿੰਗ ਕਰਕੇ ਦਿਖਾ ਦੇਵੇ ਪ੍ਰੈਸ ਕਾਨਫਰੰਸ ਕਰਕੇ ਦਿਖਾ ਦੇਵੇ ਹੁਣ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਭਗਵੰਤ ਮਾਨ ਨੇ ਕਿਹੜਾ ਖੁਲਾਸਾ ਕੀਤਾ ਭਗਵੰਤ ਮਾਨ ਨੇ ਭਾਈ ਅੱਜ ਇਹ ਦੱਸਿਆ ਵੀ ਜਿਹੜੇ ਘੋੜੇ ਮੈਂ ਪੁੱਛਿਆ ਸੀ ਮਜੀਠੀਆ ਤੋਂ ਵੀ ਉਹ ਕਿੱਥੇ ਨੇ ਤਾਂ ਅੱਜ ਭਗਵੰਤ ਮਾਨ ਨੇ ਦੱਸਿਆ ਵੀ ਉਹ ਘੋੜੇ ਨੇਪਾਲ ਦੇ ਬਾਰਡਰ ਤੇ ਇਹਨਾਂ ਦੀ ਇੱਕ ਜਗ੍ਹਾ ਹੈ ਭਗਵੰਤ ਮਾਨ ਨੇ ਇਹ ਵੀ ਕਿਹਾ ਵੀ ਸ਼ੁਕਰ ਹੈ ਵਿਕਰਮ ਮਜੀਠੀਆ ਕਈ ਗੱਲਾਂ ਆਪ ਹੀ ਮੰਨ ਗਿਆ ਵੀ ਜਦੋਂ ਮੰਤਰੀ ਮੰਡਲ ਚੋਂ ਕੱਢਤਾ ਸੀ ਉਹਨੂੰ ਤਾਂ ਭਗਵੰਤਮਾਨ ਕਹਿੰਦਾ ਇਹਨਾਂ ਦੇ ਪੁਰਖੇ ਨੇ ਫਿਰ ਕਹਿ ਕੂ ਕੇ ਤੇ ਨੇਪਾਲ ਦਾ ਐਮਬੈਸਡਰ ਬਣ ਗਿਆ ਸੀ ਇਹਨਾਂ ਦਾ ਪੁਰਖਾ ਤੇ ਉੱਥੇ ਨੇਪਾਲ ਦੇ ਬਾਰਡਰ ਦੇ ਨੇੜੇ ਇਹਨਾਂ ਨੇ ਕੁਝ ਜਗ੍ਹਾ ਲਈ ਹੋਈ ਹੈ ਜਿੱਥੇ ਗੋਰਖਪੁਰ ਉਸ ਜਗ੍ਹਾ ਦਾ ਨਾਮ ਭਗਵੰਤਮਾਨ ਨੇ ਦੱਸਿਆ ਤੇ ਭਗਵੰਤਮਾਨ ਕਹਿੰਦਾ ਵੀ ਉੱਥੇ ਇਹਨਾਂ ਨੇ ਘੋੜੇ ਰੱਖੇ ਹੋਏ ਨੇ ਹੁਣ ਇਹ ਗੱਲ ਭਗਵੰਤਮਾਨ ਨੇ ਅੱਜ ਪੂਰੀ ਦੁਨੀਆ ਨੂੰ ਦੱਸੀ ਹੈ ਹੁਣ ਵੇਖਣਾ ਇਹ ਹੈ ਕਿ ਮਜੀਠੀਆ ਸਾਹਿਬ ਇਸ ਮੁੱਦੇ ਤੇ ਕਦੋਂ ਸਾਹਮਣੇ ਆਉਂਦੇ ਨੇ ਤੇ ਉਹ ਕੀ ਬੋਲਦੇ ਨੇ ਕਿਉਂਕਿ ਭਗਵੰਤ ਮਾਨ ਨੇ ਇਹ ਜਿਹੜਾ ਦੋਸ਼ ਲਾਇਆ ਪਹਿਲਾਂ ਤਾਂ ਇਹ ਲਾਇਆ ਵੀ ਘੋੜੇ ਤਾਂ ਪੂਰੇ ਦੇਸ਼ ਨੂੰ ਦਿੱਤੇ ਸੀ ਉਹ ਦਾ ਰਾਜੇ ਨੇ ਤੇ ਬਿਕਰਮ ਮਜੀਠੀਆ ਹੋੜਾ ਦੇ ਪਰਿਵਾਰ ਚੋਂ ਇਹਨਾਂ ਦੇ ਪੁਰਖਿਆਂ ਚੋਂ ਜਿਹੜਾ ਮੰਤਰੀ ਸੀ ਨਹਿਰੂ ਮੰਤਰੀ ਮੰਡਲ ਦਾ ਤੇ ਉਹ ਕੱਲੇ ਘੋੜੇ ਆਪਦੇ ਘਰੇ ਹੀ ਲੈ ਗਿਆ ਸੀ ਤੇ ਅੱਜ ਫਿਰ ਭਗਵੰਤਮਾਨ ਨੇ ਨਵੀਂ ਗੱਲ ਕਰਤੀ ਵੀ ਉਹ ਕੋੜੇ ਨੇਪਾਲ ਦੇ ਬਾਰਡਰ ਤੇ ਗੋਰਖਪੁਰ ਦੀ ਜਗ੍ਹਾ ਦੇ ਉੱਪਰ ਮਜੀਠੀਆ ਹੋਰਾਂ ਦੀ ਇੱਕ ਜਗ੍ਹਾ ਹੈ ਉਸ ਪਰਿਵਾਰ ਦੀ ਉਹਨਾਂ ਨੇ ਰੱਖੇ ਹੋਏ ਨੇ ਹੁਣ ਵੇਖਣਾ ਇਹ ਹੈ ਕਿ ਵਿਕਰਮ ਮਜੀਠੀਆ ਦਾ ਕੀ ਜਵਾਬ ਦਿੰਦੇ ਨੇ ਉਹ ਮੈਂ ਕਹੂੰਗਾ ਕਿ ਇਹ ਜਿਹੜੀਆਂ ਨਿੱਜੀ ਲੜਾਈਆਂ ਨੇ ਤਾਨੇ ਮੇਨੇ ਨੇ ਇਹਨਾਂ ਨੂੰ ਛੱਡ ਕੇ ਵਿਕਰਮ ਮਜੀਠੀਆ ਤੇ ਭਗਵੰਤਮਾਨ ਦੋਨੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ ਪੰਜਾਬ ਚ ਬੇਰਜ਼ਗਾਰੀ ਕਿਹੜੀ ਪਾਰਟੀ ਨੇ ਖਤਮ ਕੀਤੀ ਪੰਜਾਬ ਚ ਨਸ਼ਾ ਕਿਹੜੀ ਪਾਰਟੀ ਨੇ ਖਤਮ ਕੀਤਾ ਗਰੀਬੀ ਕਿਹੜੀ ਪਾਰਟੀ ਨੇ ਖਤਮ ਕੀਤੀ ਪ੍ਰਾਈਵੇਟ ਕਾਰਪੋਰੇਟਾਂ ਨੂੰ ਕਿਹੜੀ ਪਾਰਟੀ ਨੇ ਇਥੋਂ ਦਬਲਿਆ ਇਹਦੇ ਬਾਰੇ ਦੱਸਣ ਇਹ ਨਿੱਜੀ ਮੇੜੇ ਛੱਡਣ ਔਰ ਜਿਹੜਾ ਇੱਕ ਦੂਜੇ ਦੀਆਂ ਧੀਆਂ ਤੇ ਭੈਣਾਂ ਤੱਕ ਪਹੁੰਚਦੇ ਨੇ ਬੇਨਤੀ ਹੈ ਵੀ ਇਹ ਵੀ ਕੋਈ ਉੱਚ ਪੱਧਰ ਦੀ ਸਿਆਸਤ ਨਹੀਂ ਗਈ ਇਹ ਵੀ ਇਹਨਾਂ ਨੂੰ ਛੱਡਣੀ ਚਾਹੀਦੀ ਹੈ